ਸਾਸਤਰੀ ਕਾਲਾ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਸਿਮਰਨਜੀਤ ਸਿੰਘ ਵਿਦਾ ਵੇਸ ਤੋਂ ਤੇ ਮੈਂ ਆਸ ਕਰਦਾ ਕਿ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਜਿੱਥੇ ਵੀ ਹੋਵੋਗੇ ਠੀਕ ਠਾਕ ਹੋਵੋਗੇ ਬਹੁਤ سارے ਸਟੂਡੈਂਟ ਦੀ ਮੈਨੂੰ ਕਾਲ ਆ ਰਹੀ ਹੈ ਏਵਰੀ ਡੇ ਕਿਉਂਕਿ ਕੋਵਿਡ 19 ਦਾ ਜਿਹੜਾ ਕਹਿ ਰਾ ਇਹ ਪੂਰੀ ਦੁਨੀਆ ਦੇ ਵਿੱਚ ਹੀ ਆਪਾਂ ਸਟੂਡੈਂਟ ਬੜਾ ਪਰੇਸ਼ਾਨ ਬਹੁਤ ਸਾਰੇ ਸਟੂਡੈਂਟਸ ਨੇ ਕੈਨੇਡਾ ਦੀਆਂ ਫੀਸਿਸ ਭਰੀਆਂ ਹੋਈਆਂ ਸੀ ਕਿਸੇ ਦਾ ਜੀਆਈ ਸੀ ਗਿਆ ਹੋਇਆ ਸੀਗਾ ਹਰ ਤਰ੍ਹਾਂ ਦੀ ਜਿਹੜੀ ਟੈਨਸ਼ਨ ਸੀ ਸਟੂਡੈਂਟ ਦੇ ਉੱਤੇ ਲਗਾਤਾਰ ਬਣੀ ਹੋਈ ਸੀ ਔਰ ਆ ਜਿਹੜੀ ਵੀਡੀਓ ਬਣਾ ਕੇ ਮੈਂ ਆਪਣੇ ਉਹਨਾਂ ਸਾਰੇ ਸਟੂਡੈਂਟਸ ਨੂੰ ਅਵੇਅਰ ਕਰ ਦੇਣਾ ਚਾਹਣਾ ਕਿ ਜਿਨ੍ਹਾਂ ਦੀ ਫੀਸ ਗਈ ਹੋਈ ਆ ਉਹਨਾਂ ਨੂੰ ਘਬਰਾਉਣ ਦੀ ਬਿਲਕੁਲ ਜ਼ਰੂਰਤ ਨਹੀਂ ਹੈਗੀ ਬਹੁਤ ਥੋੜੇ ਸਮੇਂ ਦੇ ਵਿੱਚ ਹੀ ਪ੍ਰਮਾਤਮਾ ਦੀ ਕਿਰਪਾ ਨਾਲ ਮਾਹੌਲ ਫਿਰ ਸਾਰਾ ਵਧੀਆ ਹੋ ਜਾਊਗਾ ਔਰ ਤੁਹਾਡੀ ਜਿਹੜੀ ਫੀਸ ਜਾਂ ਜੀਆਈਸੀ ਭਰਿਆ ਹੋਇਆ ਉਹ ਕਿਤੇ ਵੀ ਨਹੀਂ ਜਾਊਗਾ ਉਹ ਤੁਹਾਡਾ ਉਸੇ ਤਰ੍ਹਾਂ ਹੀ ਫੇਰ ਆਪਾਂ ਯੂਜ਼ ਕਰਕੇ ਜੇ ਤੁਸੀਂ ਕੈਨੇਡਾ ਜਾਣਾ ਚਾਹੋਗੇ ਤੇ ਕੈਨੇਡਾ ਚਲੇ ਜਾਓਗੇ ਜਿਆ ਪਰ ਫੰਡ ਪਾਉਣਾ ਤੇ ਰਿਫੰਡ ਜਦੋਂ ਮਰਜ਼ੀ ਕਰ ਸਕਦੇ ਆ ਹੁਣੇ ਵੀ ਆਪਾਂ ਜਿਹੜਾ ਜੀਆਈਸੀ ਇਹਨੂੰ ਰਿਫੰਡ ਪਾਉਣੇ ਆ ਤਾਂ ਜੀਆਈਸੀ ਲੋਕਾਂ ਦੇ ਵਾਪਸ ਆ ਰਹੇ ਆ ਔਰ ਫੀਸਾਂ ਜਿਹੜੀਆਂ ਹੈਗੀਆਂ ਅੱਗੇ ਮਾਲ ਠੀਕ ਹੋਣ ਤੋਂ ਬਾਅਦ ਤੁਹਾਡੀਆਂ ਜਿੱਦਾਂ ਵੀ ਤੁਸੀਂ ਚਾਹੋਗੇ ਉਸ ਤਰੀਕੇ ਨਾਲ ਆਪਾਂ ਉਹਨਾਂ ਨੂੰ ਯੂਜ਼ ਕਰ ਸਕਾਂਗੇ ਔਰ ਕੈਨੇਡਾ ਦੇਆਂ ਜਿਹੜੀਆਂ ਆਫਰ ਲੈਟਰ ਹੈਗੀਆਂ ਉਹ ਲਗਾਤਾਰ ਆ ਰਹੀਆਂ ਕਿਸੇ ਵੀ ਕਾਲਜ ਯੂਨੀਵਰਸਿਟੀ ਦੀ ਆਫਰ ਲੈਟਰ ਤੁਸੀਂ ਅਪਲਾਈ ਕਰਦੇ ਹੋ ਕਿਤੋਂ ਵੀ ਅਪਲਾਈ ਕਰਦੇ ਹੋ ਆਫਰ ਲੈਟਰ ਬਿਲਕੁਲ ਆ ਰਹੀਆਂ ਤੇ ਜਿਹੜਾ ਹੈਗਾ ਵੀਜ਼ਾ ਐਪਲੀਕੇਸ਼ਨ ਜਿਹੜੇ ਦਾ ਰਿਫਿਊਜ਼ਲ ਕੇਸ ਹੈਗੇ ਸੀਗੇ ਉਹਨਾਂ ਨੂੰ ਤੁਸੀਂ ਰੀ ਐਪਲਾਈ ਕਰ ਸਕਦੇ ਹੋ ਕਿਤੋਂ ਵੀ ਐਪਲਾਈ ਕਰ ਸਕਦੇ ਹੋ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਕਿਉਂਕਿ ਮੈਡੀਕਲ ਤੁਹਾਡੇ ਕੋਲੇ ਆਲਰੇਡੀ ਹੈਗਾ ਔਰ ਜਿਹੜਾ ਬਾਇਓਮੈਟ੍ਰਿਕ ਲੈਟਰ ਹੈਗਾ ਉਹ ਵੀ ਤੁਹਾਡੇ ਕੋਲੇ ਹੈਗਾ ਉਹਨੂੰ ਤੁਸੀਂ ਐਪਲਾਈ ਕਰ ਸਕਦੇ ਹੋ ਰਿਜ਼ਲਟ ਥੋੜੇ ਸਲੋ ਆ ਰਹੇ ਆ ਬਟ ਉਹਨਾਂ ਦਾ ਰਿਜ਼ਲਟ ਦੀ ਤੁਸੀਂ ਵੇਟ ਕਰ ਸਕਦੇ ਹੋ ਫਾਈਲ ਲਾ ਕੇ ਆਪਣੀ ਔਰ ਨਵੀਆਂ ਫਾਈਲਾਂ ਦੀ ਕੋਸ਼ਿਸ਼ ਮੈਂ ਇਹ ਕਰੂੰਗਾ ਕਿ ਜਿਹੜੇ ਨਵੇਂ ਸਟੂਡੈਂਟ ਆ ਜਿਨ੍ਹਾਂ ਨੇ 2019 ਦੇ ਵਿੱਚ ਪਲੱਸ 2 ਕੀਤੀ ਜਾਂ ਗ੍ਰੈਜੂਏਸ਼ਨ ਕੀਤੀ ਸੀ ਉਹ ਹਾਲੇ ਵੇਟ ਕਰ ਲੈਣਾ ਜਿੱਦਾਂ ਹੀ ਸਮਾਂ ਵਧਿਆ ਆਊਗਾ ਉਸ ਤੋਂ ਬਾਅਦ ਹੀ ਅਪਲਾਈ ਕਰਨ ਉਹ ਆਪਣੇ ਕੇਸ ਔਰ ਆਸਟ੍ਰੇਲੀਆ ਦੀਆਂ ਵੀ ਆਫਰ ਲੈਟਰ ਲਗਾਤਾਰ ਆ ਰਹੀਆਂ ਆ ਵੀਜ਼ਾ ਆਨਲਾਈਨ ਅਪਲਾਈ ਹੁੰਦਾ ਆਸਟ੍ਰੇਲੀਆ ਦੇ ਵੀਜ਼ਾ ਐਪਲੀਕੇਸ਼ਨ ਜਿਹੜੀਆਂ ਲੱਗ ਰਹੀਆਂ ਤੁਸੀਂ ਕਿਤੋਂ ਵੀ ਅਪਲਾਈ ਕਰਨਾ ਚਾਹੁੰਦੇ ਹੋ ਅਪਲਾਈ ਕਰਕੇ ਐਪਲੀਕੇਸ਼ਨ ਲਗਾ ਸਕਦੇ ਹੋ ਤੁਸੀਂ ਔਰ ਕੋਸ਼ਿਸ਼ ਉਹੀ ਮੈਂ ਤੁਹਾਨੂੰ ਵਾਰੀ ਵਾਰੀ ਇਹ ਕਹਾਂਗਾ ਕਿ ਜਦੋਂ ਇਹ ਥੋੜਾ ਮਾਹੌਲ ਸਹੀ ਹੋ ਜਾਈ ਉਸ ਤੋਂ ਬਾਅਦ ਵੀ ਜਿਹੜੀ ਆਪਸ਼ਨਸ ਹੈਗੀਆਂ ਆਪਣੇ ਕੋਲੇ ਬੜੀਆਂ ਰਹਿਣਗੀਆਂ ਕਿ ਉਸ ਤੋਂ ਬਾਅਦ ਤੁਸੀਂ ਅਪਲਾਈ ਕਰੋ ਤਾਂ ਉਹ ਵੀ ਬੈਟਰ ਹੈ ਔਰ ਜਿਹੜਾ ਕਰੋਨਾ ਵਾਇਰਸ ਹੈਗਾ ਇਹ ਬਹੁਤ ਜਲਦੀ ਲੱਗ ਰਿਹਾ ਕਿ ਚਲਾ ਜਾਊਗਾ ਪਰ ਇਹਦਾ ਕੋਈ ਫਿਕਸ ਟਾਈਮ ਨਹੀਂ ਹੈਗਾ ਇਸ ਕਰਕੇ ਫੀਸਾਂ ਨਵੇਂ ਸਿਰੇ ਤੋਂ ਭਰਨ ਵਾਲੇ ਬੱਚਿਆਂ ਨੂੰ ਮੈਂ ਤਾਂ ਸਟਾਪ ਕਰ ਰਿਆਂਗੀ ਥੋੜਾ ਟਾਈਮ ਵੇਟ ਕਰ ਲਓ ਕਿ ਉਸ ਟਾਈਮ ਹੀ ਵੀਜ਼ਾ ਅਪਲਾਈ ਕੀਤਾ ਜਾਵੇ ਆਪਣੇ ਪੈਸੇ ਜਿਹੜੇ ਉਸ ਟਾਈਮ ਹੀ ਟਰਾਂਸਫਰ ਕੀਤੇ ਜਾਣ ਜਦੋਂ ਪ੍ਰੋਪਰ ਆਪਾਂ ਨੂੰ ਇਸ ਚੀਜ਼ ਦੀ ਗਾਈਡਲਾਈਨ ਤੇ ਇਨਫੋਰਮੇਸ਼ਨ ਮਿਲ ਜੇ ਤਾਂ ਉਸ ਤੋਂ ਬਾਅਦ ਹੀ ਆਪਾਂ ਫੀਸਾਂ ਟਰਾਂਸਫਰ ਕਰੀਏ ਤੇ ਅੱਜਕੱਲ ਬਹੁਤ ਸਾਰੇ ਲੋਕ ਬਹੁਤ ਸਾਰੇ ਏਜੰਟ ਜਿਹੜੇ ਹੈਗੇ ਆਪਣੀਆਂ ਐਡ ਦੇ ਰਹੇ ਆ ਕਿ ਫਲਾਂ ਕੰਟਰੀ ਦਾ ਵਰਕ ਵੀਜ਼ਾ ਫਲਾਂ ਕੰਟਰੀ ਦਾ ਇਦਾਂ ਹੋ ਗਿਆ ਉਹ ਹੋ ਗਿਆ ਕਿਸੇ ਵੀ ਕੰਟਰੀ ਦਾ ਇਸ ਟਾਈਮ ਵੀਜ਼ਾ ਜਿਹੜਾ ਹੈਗਾ ਅਪਲਾਈ ਨਹੀਂ ਹੋ ਰਿਹਾ ਹਰ ਇੱਕ ਕੰਟਰੀ ਵਾਸਤੇ ਹੀ ਤੁਹਾਨੂੰ ਵੇਟ ਕਰਨੀ ਪੈਣੀ ਆ ਕਿਸੇ ਵੀ ਕੰਟਰੀ ਦੇ ਵਿੱਚ ਜਿਹੜਾ ਵੀਜ਼ਾ ਪ੍ਰੋਸੈਸ ਹੈਗਾ ਇਸ ਟਾਈਮ ਨਹੀਂ ਚੱਲ ਰਿਹਾ ਇਸ ਟਾਈਮ ਆਲਮੋਸਟ ਵਰਲਡ ਦੀਆਂ ਸਾਰੀਆਂ ਹੀ ਕੰਟਰੀਆਂ ਨੇ ਸਟਾਪ ਕੀਤਾ ਹੋਇਆ ਜੇ ਕਿਸੇ ਦਾ ਵੀਜ਼ਾ ਆ ਵੀ ਰਿਹਾ ਤੇ ਉਹ ਆਪਣਾ ਟਰੈਵਲ ਨਹੀਂ ਕਰ ਸਕੂਗਾ ਟਰੈਵਲ ਉਦੋਂ ਹੀ ਹੋਣਾ ਜਦੋਂ ਤੁਸੀਂ ਇਹ ਜਿਹੜਾ ਸਾਰਾ ਪੂਰੀ ਦੁਨੀਆ ਦੇ ਵਿੱਚ ਜਿਹੜਾ ਸਿਸਟਮ ਹੈਗਾ ਜਿਵੇਂ ਜਿਵੇਂ ਕੰਟਰੀ ਵਾਈਜ਼ ਸੈੱਟ ਹੋ ਜਾਊਗਾ ਤੇ ਆਪਾਂ ਨੂੰ ਇਨਫਾਰਮੇਸ਼ਨ ਮਿਲਦੀਆਂ ਰਹਿਣੀਆਂ ਆਪਾਂ ਉਦਾਂ-ਉਦਾਂ ट्रैवलिंग ਜਿਹੜੀ ਹੈਗੀ ਅੱਗੇ ਕਰ ਸਕਾਂਗੇ ਤਾਂ ਉਹਨਾਂ ਟਾਈਮ ਤੁਸੀਂ ਘਰੇ ਰਹਿ ਕੇ ਆਪਣੇ ਆਪਣੇ ਜਿਹੜੇ ਕਾਲਜ ਯੂਨੀਵਰਸਟੀਆਂ ਨੂੰ ਸਰਚ ਕਰ ਸਕਦੇ ਹੋ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਇੰਟਰਸਟਿਡ ਹੋ ਉਹਦੇ ਨਾਲ ਰਿਲੇਟਡ ਹਰ ਇੱਕ ਚੀਜ਼ ਨੂੰ ਸਰਚ ਕਰੋ ਤੁਸੀਂ ਆਪ ਦਾ ਧਿਆਨ ਜਿਹੜਾ ਹੈਗਾ ਥੋੜਾ ਡਿਵਾਈਡ ਕਰਕੇ ਆਪਦੇ ਮਾਈਂਡ ਨੂੰ ਜਿਹੜਾ ਰਿਲੈਕਸ ਰੱਖੋ ਉਸ ਤੋਂ ਬਾਅਦ ਸਾਰੇ ਹੀ ਲੋਕ ਕੰਮ ਕਰਨਗੇ ਔਰ ਸਾਰੇ ਹੀ ਲੋਕ ਵਧੀਆ ਤਰੀਕੇ ਨਾਲ ਤੁਹਾਨੂੰ ਜਿੱਥੇ-ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਉੱਥੇ-ਉੱਥੇ ਭੇਜਣ ਦੇ ਵਿੱਚ ਹੈਲਪ ਤੁਹਾਡੀ ਕਰਨਗੇ ਔਰ ਦੂਸਰੀ ਮੇਨ ਜਿਹੜੀ ਹੈਗੀ ਆ ਇਹ ਹੈਗੀ ਗੱਲ ਕਿ ਆਪਾਂ ਜਦੋਂ ਇਹ ਕਰੋਨਾ ਵਾਇਰਸ ਚਾਈਨਾ ਦੇ ਵਿੱਚ ਸ਼ੁਰੂ ਹੋਇਆ ਸੀ ਤਾਂ ਸ਼ਾਇਦ ਆਪਣੇ ਦਿਮਾਗ ਦੇ ਵਿੱਚ ਆਪਣੇ ਮਾਈਂਡ ਦੇ ਵਿੱਚ ਇਹ ਸੀਗਾ ਕਿ ਇਹ ਆਪਣੀ ਕੰਟਰੀ ਤੱਕ ਨਹੀਂ ਪਹੁੰਚੂਗਾ ਇਹ ਆਪਣੀ ਕੰਟਰੀ ਤੱਕ ਪਹੁੰਚਿਆ ਉਸ ਤੋਂ ਬਾਅਦ ਜਦੋਂ ਕੇਰਲਾ ਜਾਂ ਬੰਬੇ ਪਹੁੰਚਿਆ ਤੇ ਆਪਾਂ ਨੂੰ ਇਹ ਸੀ ਇਹ ਪੰਜਾਬ ਦੇ ਵਿੱਚ ਸ਼ਾਇਦ ਨਹੀਂ ਪਹੁੰਚੂਗਾ ਹਰਿਆਣੇ ਦੇ ਵਿੱਚ ਸ਼ਾਇਦ ਨਹੀਂ ਪਹੁੰਚੂਗਾ ਫੇਰੇ ਪੰਜਾਬ ਹਰਿਆਣਾ ਦੇ ਵਿੱਚ ਵੀ ਕਰੋਨਾ ਵਾਇਰਸ ਦੇ ਜਿਹੜੇ ਮਰੀਜ਼ ਆਉਣੇ ਸ਼ੁਰੂ ਹੋ ਗਏ ਉਸ ਤੋਂ ਬਾਅਦ ਆਪਾਂ ਨੂੰ ਲੱਗਿਆ ਕਿ ਸ਼ਾਇਦ ਇਹ ਆਪਣੇ ਜ਼ਿਲ੍ਹੇ ਤੱਕ ਨਹੀਂ ਪਹੁੰਚੂਗਾ ਆਪਣੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਸ਼ਹਿਰਾਂ ਦੇ ਵਿੱਚ ਵੀ ਇਦਾਂ ਦੇ ਪ੍ਰੋਬਲਮ ਜਿਹੜੀ ਹੈਗੀ ਆ ਆਪਾਂ ਨੂੰ ਫੇਸ ਕਰਨੀ ਪਈ ਤੇ ਮੈਂ ਨਹੀਂ ਚਾਹੁੰਦਾ ਕਿ ਪ੍ਰਮਾਤਮਾ ਕਦੇ ਵੀ ਇਦਾਂ ਦਾ ਦਿਨ ਆਵੇ ਕਿ ਤੁਹਾਡੇ ਘਰ ਤੱਕ ਜਾਂ ਤੁਹਾਡੇ ਪਿੰਡ ਤੱਕ ਕਰੋਨਾ ਵਾਇਰਸ ਪਹੁੰਚੇ ਇਸ ਕਰਕੇ ਤੁਸੀਂ ਕੋਸ਼ਿਸ਼ ਕਰੋ ਕਿ ਜਿੰਨਾ ਵੀ ਘਰ ਦੇ ਵਿੱਚ ਰਹਿ ਸਕਦੇ ਹੋ ਆਪਣੇ ਘਰ ਦੇ ਵਿੱਚ ਰਹਿ ਕੇ ਆਨਲਾਈਨ ਜਿੰਨਾ ਵੀ ਕੰਮ ਕਰ ਸਕਦੇ ਹੋ ਉਹਨਾਂ ਕਰੋ ਕਿਉਂਕਿ ਟੈਨਸ਼ਨ ਹਰ ਇੱਕ ਬੰਦੇ ਨੂੰ ਆ ਕੋਈ ਵੀ ਬੰਦਾ ਹੈਗਾ ਚਾਹੇ ਉਹ ਮੀਡਲ ਕਲਾਸ ਹੈ ਚਾਹੇ ਉਹ ਅੱਛੀ ਫੈਮਿਲੀ ਦਾ ਬੰਦਾ ਚਾਹੇ ਕੋਈ ਲੇਬਰ ਕਰਨ ਵਾਲਾ ਬੰਦਾ ਹਰ ਇੱਕ ਬੰਦੇ ਨੂੰ ਇਸ ਟਾਈਮ ਪਰੇਸ਼ਾਨੀਆਂ ਕਿਉਂਕਿ ਘਰੇ ਬੈਠਣ ਦੀ ਆਪਾਂ ਨੂੰ ਬਿਲਕੁਲ ਆਦਤ ਨਹੀਂ ਸੀ ਤੇ ਹੁਣ ਆਪਾਂ ਘਰਾਂ ਦੇ ਵਿੱਚ ਆਪਣੇ ਰਹਿ ਰਹੇ ਹਾਂ ਫੈਮਿਲੀ ਦੇ ਨਾਲ ਰਹਿ ਰਹੇ ਹਾਂ ਕਾਰੋਬਾਰ ਦੀ ਟੈਨਸ਼ਨ ਆ ਆਪਾਂ ਨੂੰ ਪਰ ਕਾਰੋਬਾਰ ਪ੍ਰਮਾਤਮਾ ਦੀ ਕਿਰਪਾ ਨਾਲ ਫਿਰ ਉਸੇ ਤਰ੍ਹਾਂ ਹੀ ਚੱਲ ਜਾਣਗੇ ਬਿਜ਼ਨਸ ਵਪਾਰ ਫਿਰ ਉਸੇ ਤਰ੍ਹਾਂ ਲੀਤੇ ਆ ਜਾਊਗਾ ਪਰ ਜੇ ਆਪਾਂ ਆਪਣਾ ਹੈਲਥ ਵਾਈਜ਼ ਵਧੀਆ ਰਹਾਗੇ ਤਾਂ ਫਿਰ ਤਾਂ ਕੋਸ਼ਿਸ਼ ਕਰੋ ਆਪਣੇ ਘਰਾਂ ਦੇ ਵਿੱਚ ਰਹੋ ਵੀਜ਼ੇ ਵੀ ਅਪਲਾਈ ਹੋਣਗੇ ਕਲਾਸਿਸ ਵੀ ਲੱਗਣਗੀਆਂ ਸਾਰਾ ਕੁਝ ਹੋਊਗਾ ਤਾਂ ਆਹੀ ਗੱਲਾਂ ਬਾਤਾਂ ਕਰਨ ਦਾ ਅੱਜ ਤੁਹਾਡੇ ਨਾਲ ਮਨ ਸੀਗਾ ਤੇ ਕੋਸ਼ਿਸ਼ ਕੀਤੀ ਆ ਤੁਹਾਨੂੰ ਸਮਝਾਉਣ ਦੀ ਸਮਝਾਉਣ ਵਾਲੇ ਹੋਰ ਵੀ ਬਹੁਤ ਸਾਰੇ ਲੋਕ ਤੁਹਾਨੂੰ ਸਮਝਾਉਂਦੇ ਆ ਤੇ ਕੋਸ਼ਿਸ਼ ਕਰੋ ਕਿ ਥੋੜਾ ਟਾਈਮ ਸਟੇ ਕਰੋ ਘਰਾਂ ਦੇ ਵਿੱਚ ਔਰ ਜਦੋਂ ਹੀ ਵਧੀਆ ਸਮਾਂ ਆਉਂਦਾ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਤਾਂ ਆਪਾਂ ਉਸੇ ਤਰ੍ਹਾਂ ਫੇਰ ਆਪਣਾ ਜਿਹੜਾ ਕੰਮ ਜਿਹੜਾ ਪ੍ਰੋਸੈਸ ਸੀਗਾ ਉਹਨੂੰ ਅੱਗੇ ਕੰਟੀਨਿਊ ਕਰਾਂਗੇ ਸਤਿ ਸ੍ਰੀ ਅਕਾਲ ਜੀ